ਅਸਲਾਮ ਵਾਲੇਕਮ ਜੀ। ਅੱਜ ਕੱਲ੍ਹ ਇੱਕ ਛੋਟੀ ਜਿਹੀ ਮਿਸਟੇਕ ਸਾਡੇ ਕੋਲੋਂ ਹੁੰਦੀ ਆ, ਜਿਹੜੇ ਕਿ ਬਿਜ਼ਨਸਮੈਨ ਹੈ, ਇਹ ਮਿਸਟੇਕ ਤੁਸੀਂ ਦੇਖਣਾ ਵਾ ਕਿ ਤੁਹਾਡੇ ਟੇਕ ਵਿੱਚ ਤਾਂ ਨਹੀਂ ਹੋ ਰਹੀ। ਤੁਸੀਂ ਖਾਣਾ ਜਿੰਨਾ ਮਰਜ਼ੀ ਚੰਗਾ ਬਣਾ ਲਓ, ਜਿੰਨਾ ਮਰਜ਼ੀ ਟਾਈਮ 'ਤੇ ਡਿਲੀਵਰ ਕਰ ਦਿਓ, ਜਿੰਨਾ ਮਰਜ਼ੀ ਸਸਤਾ ਵੇਚੋ, ਇੱਕ ਸਰਵਿਸ ਜਿਹੜੀ ਆ, ਇਹ ਸਰਵਿਸ ਵੀ ਮੈਟਰ ਕਰਦੀ ਆ। ਇਹਦੀ ਮੈਂ ਹੁਣ ਇਗਜ਼ੈਂਪਲ ਦਿੰਦਾ ਵਾਂ, ਫੋਰ ਦਾ ਸੇਕ ਆਫ ਆਰਗੂਮੈਂਟ ਅਸੀਂ ਇੱਕ ਇਗਜ਼ੈਂਪਲ ਲੈਂਦੇ ਹਾਂ ਕਿ ਕੋਈ ਬੰਦਾ ਜਿਹੜਾ ਵਾ ਤੁਸੀਂ ਰੱਖਿਆ, ਉਹ ਫੋਨ ਦੇ ਉੱਤੇ ਕਸਟਮਰ ਉਹਨੂੰ ਕਰਦਾ ਜੀ ਕੰਪਲੇਨ ਕਿ ਕੋਈ ਚੀਜ਼ ਮਿਸਿੰਗ ਹੋ ਗਈ ਹੈ। ਠੀਕ ਹੈ, ਹੁਣ ਉਹ ਬੰਦਾ ਕੀ ਕਰਦਾ ਵਾ, ਉਸ ਬੰਦੇ ਦਾ ਕੰਮ ਇਹ ਆ ਕਿ ਜਿਹੜੀ ਆਰਗੂਮੈਂਟ ਹੋ ਰਹੀ ਆ ਉਹਨੂੰ ਐਕਸੀਲੇਟ ਨਾ ਕਰੇ, ਉਹਨੂੰ ਉੱਥੇ ਹੀ ਡਿਜ਼ੋਲਵ ਕਰੇ, ਉੱਥੇ ਵੀ ਜਿਹੜਾ ਡੈਮੇਜ ਹੈ ਉਹਨੂੰ ਐਕਸੈਪਟ ਕਰੇ। ਹੁਣ ਇਹਦੀ ਮਿਸਾਲ ਸਿੰਪਲ ਲਫਜ਼ਾਂ ਦੇ ਵਿੱਚ ਆ ਕਿ ਇੱਕ ਬੰਦਾ ਕਹਿੰਦਾ ਵਾ ਕਿ ਜੀ ਡਰਿੰਕ ਮਿਸਿੰਗ ਹੈ। ਹੁਣ ਤੁਸੀਂ ਜਿਹੜਾ ਬੰਦਾ ਫੋਨ 'ਤੇ ਖੜਾ ਕੀਤਾ ਜਾਂ ਜਿਹੜਾ ਬੰਦਾ ਉਹ ਜਗ੍ਹਾ ਤੁਹਾਡੀ ਜਗ੍ਹਾ 'ਤੇ ਖੜਾ ਵਾ ਮੈਨੇਜਰ, ਹੁਣ ਉਸ ਬੰਦੇ ਦੀ ਤੁਸੀਂ ਸੈਂਸ ਆਫ ਹਿਊਮਰ ਦੇਖਣੀ ਆ ਕਿ ਉਹ ਕਿਸ ਤਰ੍ਹਾਂ ਕਸਟਮਰ ਨੂੰ ਡੀਲ ਕਰਦਾ। ਹੁਣ ਉਹ ਮਿਸਾਲ ਦੇ ਤੌਰ ਦੇ ਉੱਤੇ ਉਹ ਉਹਨਾਂ ਕਸਟਮਰ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦਾ, ਉਹ 15-20 ਮਿੰਟ ਬਾਅਦ ਬਹਿਸ ਕਰਕੇ ਅਤੇ ਬਲੈਕ ਐਂਡ ਵਾਈਟ ਪਤਾ ਹੁੰਦਾ ਵਾ ਅਸੀਂ ਕੰਮ ਕਰਦੇ ਹਾਂ, ਸਟਾਫ ਦੀ ਵੀ ਮਿਸਟੇਕ ਹੁੰਦੀ ਆ, ਸਮ ਟਾਈਮ ਕਸਟਮਰ ਝੂਠ ਬੋਲ ਰਿਹਾ ਹੁੰਦਾ ਕਿਉਂਕਿ ਉਹਨੂੰ ਫ੍ਰੀ ਫੂਡ ਚਾਹੀਦਾ ਵਾ, ਅਤੇ ਜਿਹੜਾ ਮਾਲਕ ਹੈ ਉਹਨੇ ਓਬਵੀਅਸਲੀ ਜ਼ਿਆਦਾ ਸਾਈਡ ਜਿਹੜੀ ਉਹ ਕਸਟਮਰ ਦੀ ਲੈਣੀ ਹੁੰਦੀ ਹੈ ਕਿਉਂਕਿ ਉਹਨੂੰ ਸ਼ੱਕ ਹੁੰਦੀ ਵੀ ਗਲਤੀ ਹੋ ਗਈ ਆ, ਅਤੇ ਇਹ 50-50 ਚਾਂਸ ਹੁੰਦੇ ਆ, ਮਿਸਟੇਕ ਵੀ ਹੁੰਦੀ ਆ, ਕਸਟਮਰ ਵੀ ਝੂਠ ਬੋਲਦਾ। ਹੁਣ ਉੱਥੇ 15-20 ਮਿੰਟ ਦੀ ਆਰਗੂਮੈਂਟ ਤੋਂ ਬਾਅਦ ਦੇ ਵਿੱਚ ਤੁਸੀਂ ਉਹੀ ਡੈਮੇਜ ਜਿਹੜਾ ਵਾ ਉਹ ਮੰਨ ਲੈਂਦੇ ਹੋ ਕਿ ਠੀਕ ਹੈ ਜੀ ਤੁਹਾਨੂੰ ਅਸੀਂ ਡਰਿੰਕ ਭੇਜਦੇ ਹਾਂ। ਜਦੋਂ ਤੁਸੀਂ ਪਹਿਲੀ ਜਗ੍ਹਾ 'ਤੇ ਕਸਟਮਰ ਨੇ ਤੁਹਾਨੂੰ ਇਹ ਗੱਲ ਕਹੀ ਆ ਕਿ ਵੀ ਮੇਰੀ ਚੀਜ਼ ਮਿਸਿੰਗ ਹੈ, ਤੁਹਾਨੂੰ ਪਤਾ ਉਹ ਬਲੈਕ ਐਂਡ ਵਾਈਟ ਝੂਠ ਬੋਲਦਾ, ਤੁਸੀਂ ਉੱਥੇ ਹੀ ਉਸੇ ਟਾਈਮ ਉਹਨੂੰ ਕਹੋ ਵੀ ਠੀਕ ਹੈ ਅਸੀਂ ਤੈਨੂੰ ਭੇਜ ਦਿੰਦੇ ਹਾਂ ਜਾਂ ਤੈਨੂੰ ਅਸੀਂ ਦੁਬਾਰਾ ਕਰਦੇ ਹਾਂ ਅਗਰ ਉਹ ਰਿਸਪੈਕਟਿਵ ਹੈ। ਅਗਰ ਉਹ ਰਿਸਪੈਕਟਿਵ ਨਹੀਂ ਹੋ ਫਿਰ ਤੁਸੀਂ ਆਪਣੀਆਂ ਗਰਾਊਂਡ 'ਤੇ ਸਟੈਂਡ ਕਰੋ ਵੀ ਠੀਕ ਹੈ ਮੈਂ ਨਹੀਂ ਭੇਜਦਾ। ਐਂਡ ਆਫ ਦਾ ਡੇ ਐਜ਼ ਅ ਬਿਜ਼ਨਸਮੈਨ ਤੁਸੀਂ ਇਹ ਦੇਖਣਾ ਵਾ, ਤੁਸੀਂ ਡਰਪੋਕ ਨਹੀਂ ਆ, ਤੁਸੀਂ ਕਮਜ਼ੋਰ ਨਹੀਂ ਹੋ, ਤੁਸੀਂ ਬਿਜ਼ਨਸ ਕਰ ਰਹੇ ਹੋ। ਡਰਪੋਕ ਉਹ ਬੰਦਾ ਹੁੰਦਾ ਵਾ ਜਿੱਥੇ ਤੁਹਾਡੀ ਕੋਈ ਵਿਰਾਸਤ ਦਾ ਮਾਮਲਾ ਆ ਗਿਆ ਵਾ, ਜਿੱਥੇ ਤੁਹਾਡੀ ਇੱਜ਼ਤ ਅਨਾ ਦਾ ਮਸਲਾ ਆ ਗਿਆ। ਜਦੋਂ ਤੁਸੀਂ ਬਿਜ਼ਨਸ ਕਰ ਰਹੇ ਹੋ ਉਹ ਬੰਦਾ ਤੁਹਾਨੂੰ 500 ਪਾਉਂਡ ਵੀਕ ਦਾ ਮਹੀਨੇ ਦਾ ਬਿਜ਼ਨਸ ਦੇ ਰਿਹਾ, ਉਸ 500 ਦੇ ਵਿੱਚੋਂ 50 ਪੈਸੇ ਦੀ ਤੁਹਾਨੂੰ ਝੂਠ ਬੋਲਣ ਦਿਆ ਵਾ, ਤੁਹਾਨੂੰ ਪਤਾ ਬਲੈਕ ਐਂਡ ਵਾਈਟ ਹੈ। ਹੁਣ ਤੁਸੀਂ ਇਨਵੈਸਟਰ ਹੋ, ਕਿਹੜਾ ਬਿਜ਼ਨਸ ਹੈ ਜਿਹਦੇ 'ਚ ਲੌਸ ਨਹੀਂ ਹੋ, ਡੈਮੇਜ ਨਹੀਂ ਹੋ, ਔਨਲਾਈਨ ਐਮਾਜ਼ੋਨ ਹੈ ਜਾਂ ਕਨਵੀਨੀਅਨ ਸਟੋਰ ਤੋਂ ਚੋਰੀ ਨਹੀਂ ਹੁੰਦੀ ਜਾਂ ਲੋਕ ਚੋਕਲੇਟ ਨਹੀਂ ਚੋਰੀ ਕਰਦੇ ਜਾਂ ਟੈਸਕੋ ਐਜ਼ਡਾ 'ਚੋਂ ਸ਼ਰਾਬ ਨਹੀਂ ਚੋਰੀ ਹੁੰਦੀ, ਹਰ ਬਿਜ਼ਨਸ ਦੇ ਵਿੱਚ ਕੋਈ ਨਾ ਕੋਈ ਲੂਪ ਹੋਲ ਹੁੰਦਾ, ਕਿਤੇ ਨਾ ਕਿਤੇ ਡੈਮੇਜ ਡਰੇਨੇਜ ਹੁੰਦੀ ਆ। ਐਜ਼ ਅ ਸਮਾਰਟ ਬਿਜ਼ਨਸਮੈਨ ਅਸੀਂ ਉਸ ਚੀਜ਼ ਨੂੰ ਰਿਫੋਰਮ ਕਰਨਾ ਵਾ, ਉਹਨੂੰ ਵਕਤੀ ਤੌਰ 'ਤੇ ਪਿੱਛੇ ਰੱਖ ਕੇ ਫੋਕਸ ਕਰਨਾ ਕਿ ਇਸ ਬੰਦੇ ਕੋਲੋਂ ਸਾਨੂੰ 500-600 ਮਹੀਨੇ ਦਾ ਆ ਰਿਹਾ, ਸਾਨੂੰ ਪਤਾ ਝੂਠ ਬੋਲਦਾ, ਅਸੀਂ ਉਹਨੂੰ ਉੱਥੇ ਫਸਟ ਪਲੇਸ ਦੇ ਉੱਤੇ ਕਹਿਣਾ ਕਿ ਠੀਕ ਆ ਵੀ ਮੈਂ ਤੈਨੂੰ ਹੁਣ ਭੇਜ ਦਿੰਦਾ ਜਾਂ ਤੈਨੂੰ ਨੈਕਸਟ ਟਾਈਮ ਭੇਜ ਦਾਂਗੇ ਜਾਂ ਡਿਸਕਾਊਂਟ ਦੇ ਦਿੰਦੇ ਹਾਂ। ਠੀਕ ਹੈ, ਇਹ ਇੱਕ ਛੋਟੀ ਜਿਹੀ ਚੀਜ਼ ਹੈ ਜਿਹੜੀ ਤੁਹਾਡਾ ਡੇਲੀ ਬੇਸਿਸ ਦੇ ਉੱਤੇ ਅਗਰ ਇੱਕ ਬੰਦਾ ਵੀ ਡੈਮੇਜ ਕਰੇ ਤਾਂ 30 ਡੇ 'ਚ ਤੁਸੀਂ 30 ਕਸਟਮਰ ਲੂਜ਼ ਕਰਦੇ ਹੋ, ਅਤੇ ਜਿਹੜੀਆਂ ਦੁਕਾਨਾਂ 20-25-30 ਡਿਲੀਵਰੀਆਂ ਕਰਦੀਆਂ ਵੀਕ ਡੇ 'ਚ, ਤੁਸੀਂ ਅੰਦਾਜ਼ਾ ਕਰ ਲਓ ਵੀ ਉਹ 2-3-4 ਮਹੀਨਿਆਂ ਦੇ ਵਿੱਚ ਫਿਰ ਉਹ ਸ਼ਟਰ ਥੱਲੇ ਕਰਨ ਵਾਲੀ ਗੱਲ ਹੈ। ਅਤੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਨਿਗਰਾਨੀ ਕਰਨੀ ਹੈ, ਜਿੱਥੇ ਤੱਕ ਹੋ ਸਕਦਾ ਆਪਣੀ ਨਜ਼ਰ ਰੱਖੋ ਔਰ ਕੋਸ਼ਿਸ਼ ਕਰੋ ਕਿ ਲੋਕਾਂ ਨੂੰ ਐਜੂਕੇਟ ਕਰੋ, ਜਿਹੜੇ ਕਸਟਮਰ ਸਰਵਿਸ 'ਤੇ ਆ ਉਹਨਾਂ ਨੂੰ ਆਪਣੇ ਪ੍ਰਿੰਸੀਪਲ ਆਫ ਬਿਜ਼ਨਸ ਦੱਸੋ ਕਿ ਇਹ ਸਾਡਾ ਤਰੀਕਾਕਾਰ ਹੈ, ਇਹ ਕੰਮ ਹੋ ਜਾਵੇ ਤਾਂ ਇਸ ਤਰ੍ਹਾਂ ਤੁਸੀਂ ਡੀਲ ਕਰਨਾ ਵਾ, ਬੇਸ਼ੱਕ ਅਸੀਂ ਪ੍ਰੈਜੈਂਟ ਹਾਂ ਜਾਂ ਨਹੀਂ, ਅਤੇ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਗੌਰ ਕਰੋ। ਹੋਪ, ਥੈਂਕ ਯੂ।